ਸਿਆਸੀ ਬੰਦੇ ਬਾਈ ਜੀ ਲੋਕਾਂ ਦਾ ਵਿਸ਼ਵਾਸ ਖੋ ਚੁੱਕੇ ਆ ਹੂੰ ਸਿਆਸਤ ਚਾਉਂਦੇ ਆ ਗੱਪ ਮਾਰਦੇ ਆ ਜਿਹੜੀਆਂ ਜਿਹੜੇ ਵਾਅਦੇ ਕਰ ਲੈਂਦੇ ਉਹਨਾਂ ਤੇ ਪੂਰੇ ਨਹੀਂ ਉਤਰਿਆ ਜਾਂਦਾ ਜਾਂ ਤਾਂ ਤੇ ਜਾਂ ਕੋਈ ਇਹ ਸਿਆਸਤ ਵਾਲੀ ਪੰਜਾਬ ਦੀ ਕੁਰਸੀ ਐ ਬਾਈ ਜੀ ਇਹ ਜਿਹੜਾ ਬਹਿ ਜਾਂਦਾ ਉਹੋ ਹੀ ਗੰਦਲ ਜਾਂਦਾ ਹੂੰ ਲੋਕਾਂ ਦੀਆਂ ਭਾਵਨਾਵਾਂ ਤੇ ਪੂਰਾ ਕੋਈ ਨਹੀਂ ਉਤਰਦਾ ਇਸ ਕਰਕੇ ਸਿਆਸਤ ਨੂੰ ਲੋਕ ਅੱਜ ਕੱਲ ਪਸੰਦ ਕਰਨੋਂ ਹੀ हट ਗਏ ਬਾਈ ਸਿਆਸੀ ਬੰਦਾ ਆਊਗਾ ਅੱਗੇ ਜੇ ਅੱਜ ਤੋਂ 15 20 ਸਾਲ ਪਹਿਲਾਂ ਇੱਕ ਲੀਡਰ ਆਏ ਤੋਂ ਜੇ 5-7 ਹਜ਼ਾਰ ਦਾ ਇਕੱਠ ਹੁੰਦਾ ਸੀ ਤਾਂ ਹੁਣ 200 ਬੰਦਾ ਇਕੱਠਾ ਹੁੰਦਾ ਹੈ ਕਿਉਂਕਿ ਨਵਾਂ ਯੂਥ ਹੈ ਜਿਹੜਾ ਉਹਨਾਂ ਨੂੰ ਪਤਾ ਲੱਗ ਚੁੱਕਿਆ ਕਿਉਂਕਿ ਅੱਗੇ ਪੁਰਾਣੇ ਬੰਦੇ ਤਾਂ ਚਲੋ ਗੱਪਾਂ ਗੱਪਾਂ ਚ ਆ ਜਾਂਦੇ ਸੀ 50 ਸਾਲਾਂ ਬਾਅਦ ਭੁੱਲ ਜਾਂਦੇ ਸੀ ਪਰ ਹੁਣ ਜਿਹੜੇ ਹੁਣ ਤਾਂ ਹਰੇਕ ਘਰੇ ਵਕੀਲ ਜਾਂਦਾ ਤੇ ਵਕੀਲਾਂ ਨੂੰ ਭਾਈ ਜੀ ਆਮ ਬੰਦੇ ਦੀ ਭਾਸ਼ਾ ਫਿਰ ਸਮਝ ਨਹੀਂ ਆਉਂਦੀ ਹੁੰਦੀ ਤੇ ਜਾਂ ਆਮ ਮੈਨੂੰ ਤਾਂ ਲੱਗਦਾ ਵੀ ਲੀਡਰ ਹੈ ਪਤਾ ਨਹੀਂ ਤਾਂ ਲੀਡਰ ਸਿਆਣੇ ਆ ਪਤਾ ਨਹੀਂ ਲੋਕ ਸਿਆਣੇ ਆ ਤੇ ਪਰ ਲੀਡਰਾਂ ਨਾਲ ਹੁਣ ਲੋਕਾਂ ਦਾ ਤਾਲਮੇਲ ਬਹੁਤ ਘਟਦਾ ਜਾਂਦਾ ਹੈ ਅੱਗੇ ਹਰੇਕ ਬੰਦੇ ਨੂੰ ਹੁੰਦਾ ਸੀਗਾ ਕਿ ਮੇਰੀ ਯਾਰ ਪਹੁੰਚ ਹੋਵੇ ਹੁਣ ਅਗਲੇ ਨੂੰ ਆਏ ਆ ਬਾਈ ਕੰਮ ਤਾਂ ਪੈਸੇ ਨਾਲ ਹੀ ਹੋਣਾ ਤੇ ਕਾਦੇ ਹਾਸਤੇ ਮੈਂ ਜੁੱਤੀਆਂ ਤੜਾਉਣੀਆਂ ਤੇ ਕਾਦੇ ਹਾਸਤੇ ਦੁਸ਼ਮਣੀਆਂ ਪਾਉਣੀਆਂ ਸਿਆਸਤ ਹੈ ਬਈ ਚੀਜ਼ ਆ ਜਿਹਦੇ ਨਾਲ ਤੁਹਾਡੀ ਨਾ ਤਾਂ ਖੇਤ ਦੀ ਵਟ ਲੱਗਦੀ ਆ ਨਾ ਕੰਦ ਲੱਗਦੀ ਆ ਉਹਦੇ ਨਾਲ ਵੀ ਦੁਸ਼ਮਣੀ ਪੈ ਜਾਂਦੀ ਆ ਬਿਨਾ ਗੱਲ ਤੋਂ ਕੱਢਣ ਪਾਉਣ ਨੂੰ ਕੁਛ ਨਹੀਂ ਜਦੋਂ ਅਗਲਾ ਜਿੱਤ ਜੇ ਬਾਈ ਢੋਈ ਨਹੀਂ ਮਾਰਦਾ ਨਾ ਪਹੁੰਚ ਕੇ ਅਗਲਾ ਪਾਸੇ ਹੋ ਜਾਂਦਾ ਇਸ ਕਰਕੇ ਆਪਦਾ ਭੱਪਾ ਸਿਆਸਤਦਾਨਾ ਪਿੱਛੇ ਨਾ ਵਗੜੋ ਆਪਾਂ ਤਾਂ ਇਹੀ ਸਲਾਹ ਦਿੰਨੇ ਆਂ ਵੀਡੀਓ ਕੱਲ ਪਰਸੋਂ ਦੀ ਆਪਾਂ ਚਲਦੇ ਵੇਖੀ ਆ ਮਾਨ ਸਾਹਿਬ ਦੀ ਬੇਟੀ ਨੇ ਵੀਡੀਓ ਪਾਈ ਆ ਠੀਕ ਆ ਪਰਿਵਾਰਾਂ ਚ ਹੁੰਦਾ ਹੀ ਰਹਿੰਦਾ ਤਲਾਕ ਵੀ ਲੋਕਾਂ ਦੇ ਹੁੰਦੇ ਆ ਵਿਆਹ ਵੀ ਹੁੰਦੇ ਆ ਬੱਚੇ ਵੀ ਹੁੰਦੇ ਆ ਇਹ ਵੱਖਰੇ ਟੌਪਿਕ ਆ ਪਰ ਇਸ ਚੀਜ਼ ਨੂੰ ਉਸ਼ਾਲਣਾ ਇਹ ਮੇਰੇ ਹਿਸਾਬ ਨਾਲ ਵੀ ਸਹੀ ਨਹੀਂ ਕਿਉਂਕਿ ਆਪਾਂ ਇੱਕ ਸਿਆਸੀ ਵੱਖਰਾ ਟੌਪਿਕ ਆ ਪਰ ਆਪਾਂ ਇੱਕ ਸਮਾਜ ਦਾ ਅੰਗ ਆ ਜੇ ਆਪਾਂ ਸਮਾਜ 'ਚ ਇਹੋ ਜਿਹਾ ਗੰਦ ਹੀ ਪਾਈ ਗਏ ਬਾਈ ਤੇ ਫੇਰ ਆਪਾਂ ਗਾਂ ਕਿਸੇ ਨੂੰ ਸਮਝਾ ਸਕਾ ਕੀ ਸਕਦੇ ਆ ਗਾਂ ਫਿਰ ਆਪਣੇ ਵਾਰਸ ਵੀ ਇਹੋ ਜਿਹਾ ਕੁਝ ਹੀ ਕਰਨਗੇ ਪਰ ਇੰਨਾ ਜ਼ਰੂਰ ਕਹਿਣਾ ਚਾਹੁੰਨੇ ਆ ਕਿ ਜ਼ਿੰਮੇਵਾਰਾਂ ਨੂੰ ਥੋੜਾ ਜਾ ਅਕਲ ਤੋਂ ਕੰਮ ਲੈਣਾ ਚਾਹੀਦਾ ਪਹਿਲਾਂ ਤਾਂ ਸੁਣਿਆ ਸੀ ਵੀ ਲੋਕਾਂ ਦੇ ਜਵਾਕ ਵਿਗੜਦੇ ਹੁੰਦੇ ਆ ਪਰ ਆ ਵੀਡੀਓ ਵੇਖ ਕੇ ਪਤਾ ਲੱਗਿਆ ਵੀ ਪਿਓ ਵੀ ਵਿਗੜ ਜਾਂਦੇ ਆ ਪਰ ਇਹ ਸਮਾਜ ਵਾਸਤੇ ਸਹੀ ਗੱਲਾਂ ਨਹੀਂ ਲੀਡਰ ਇਕੱਠੇ ਹੁੰਦੇ ਆ ਆਪਾਂ ਇੱਕ ਦੂਜੇ ਦੇ ਭੋਗਾਂ ਤੇ ਨਹੀਂ ਜਾਂਦੇ ਕਾਂਗਰਸੀਆਂ ਦਾ ਕੋਈ ਮਰ ਗਿਆ ਤਾਂ ਮੈਨੂੰ ਆਇਆ ਲਗੂ ਯਾਰ ਮੈਂ ਜਾਵਾਂ ਮੈਨੂੰ ਕਿਤੇ ਬੁਲਾਉਣੀ ਨਾ ਕਾਲੀਆਂ ਦਾ ਕੋਈ ਮਰ ਜੇ ਉਹਨਾਂ ਨੂੰ ਐ ਲੱਗੂਗਾ ਯਾਰ ਹੁਣ ਕਿਵੇਂ ਕਰਗੇ ਵੋਟਾਂ ਤਾਂ ਉਹਨਾਂ ਨੇ ਪਰੇ ਪਾਈਆਂ ਹੁਣ ਕਿਵੇਂ ਕਰੀਏ ਮਿਲ ਕੇ ਆਈਏ ਜਾ ਕੇ ਆਈਏ ਦੋਖਸੋ ਕਰੀਏ ਕਿ ਨਾ ਸਿਆਸਤਦਾਨਾਂ ਨੇ ਬਾਈ ਜੀ ਪਿੰਡਾਂ ਚੋਂ ਸੱਥਾਂ ਤੇ ਥੜੇ ਖਤਮ ਕਰਤੇ ਜਿੱਥੇ 20 20 50 50 ਬੰਦੇ ਰੋਜ਼ ਬਹਿੰਦੇ ਸੀ ਪਾਰਟੀ ਬਾਜ਼ੀਆਂ ਤੇ ਥੜੇ ਪੈਦਾ ਕਰਤੇ ਪੰਜਾਬ ਦੇ ਖੇਡ ਸਟੇਡੀਅਮਾਂ ਚ ਬਾਈ ਜੀ ਗਰਾਊਂਡਾਂ ਚ ਤੁਸੀਂ ਜਾ ਕੇ ਵੇਖ ਲਓ ਜੇ ਪਹਿਲਾਂ 2-200 ਬੰਦਾ 2-200 ਮੁੰਡਾ ਖੇਡਦਾ ਸੀ ਹੁਣ ਉਥੇ ਚਾਰ ਨਹੀਂ ਚਾਰਾਂ ਦੇ ਨੇ ਉਥੇ ਟੋਲੀ ਬਣਦੀ ਕਿਉਂਕਿ ਪਾਰਟੀ ਬਾਜ਼ੀਆਂ ਐ ਨਹੀਂ ਪਤਾ ਕਿਹਨੇ ਕਿਹਦੇ ਨਾਲ ਲੜ ਪੈਣਾ ਲੜਨ ਤੋਂ ਡਰਦੇ ਸਿਆਣੇ ਮੁੰਡੇ ਜਾਂਦੇ ਨੇ ਉਹ ਆਪੇ ਅੰਦਰ ਬੈਠੇ ਮੋਬਾਈਲਾਂ ਮਬੂਲਾਂ ਤੇ ਖੇਡ ਕੇ ਟਾਈਮ ਪਾਸ ਕਰ ਲੈਂਦੇ ਆ ਸਿਆਸਤ ਨੇ ਇਸ ਚੀਜ਼ 'ਚ ਬਹੁਤ ਨੁਕਸਾਨ ਕੀਤਾ ਸਮਾਜ ਦੇ ਭਾਈਚਾਰੇ ਦਾ ਇੱਕ ਭਈ ਰਾਜ